ਉਹ ਮਤਲਬ ਜਿਹੜਾ ਫੈਸਲਾ ਤਾਂ ਹੋਟਲ ਆ ਉਹਦੀਆਂ ਤਿਆਰੀਆਂ ਫੁੱਲ ਨੇ, ਹੈ ਨਾ, ਤਿਆਰੀਆਂ ਮੁਕੰਮਲ ਨੇ ਤਕਰੀਬਨ ਸਾਰੀਆਂ ਹੀ, ਅਤੇ ਉਹਨਾਂ ਤਿਆਰੀਆਂ 'ਚ ਸਾਰਾ ਦਿਨ ਅੱਜ ਲੱਗੇ ਰਹੇ। ਜਿਹੜੀ ਹੈਗੀ ਜਥੇਬੰਦੀਆਂ ਵਾਲੀ ਗੱਲ, ਮੈਂ ਤੁਹਾਨੂੰ ਨਾਮ ਵੀ ਦੱਸ ਦਿੰਦਾ, ਊਂ ਤਾਂ ਮੈਨੂੰ ਤਾਂ ਲੱਗਦਾ ਵੀ ਕੋਈ ਜਥੇਬੰਦੀ ਰਹੀ ਨਹੀਂ ਜਿਹਨੇ ਫੋਨ ਨਹੀਂ ਕਰਿਆ। ਜਿਵੇਂ ਮੰਨ ਲਓ ਸਾਰਿਆਂ ਤੋਂ ਪਹਿਲਾਂ ਆਪਣੀ ਏਕਤਾ ਆਜ਼ਾਦ ਮਤਲਬ ਹੈਗੀ ਆ, ਉਦੋਂ ਬਾਅਦ ਉਗਰਾਹਾਂ ਹੈਗੀ ਆ, ਕ੍ਰਾਂਤੀਕਾਰੀ ਜਿਹੜੀ ਆਪਣੇ ਹੈਗੇ ਨੇ, ਆਪਣੇ ਜ਼ਿਲ੍ਹੇ ਦੇ ਪ੍ਰਧਾਨ ਨੇ ਸਰਦਾਰ ਜਰਨੈਲ ਸਿੰਘ ਜਹਾਂਗੀਰ ਜੀ, ਉਹ ਹੈਗੇ ਨੇ, ਅਤੇ ਕਾਦੀਆਂ ਹੈਗੀ, ਅਤੇ ਡਕਾਉਂਦਾ, ਹੈ ਨਾ। ਹੋਰ ਵੀ ਦੋ ਤਿੰਨ ਜਥੇਬੰਦੀਆਂ ਦੇ ਮੇਰੀ ਫੋਨ 'ਤੇ ਗੱਲ ਹੋਈ ਆ। ਤਕਰੀਬਨ ਮੈਨੂੰ ਤਾਂ ਲੱਗਦਾ ਵੀ ਇੱਕ ਵੀ ਜਥੇਬੰਦੀ ਰਹਿਣੀ ਨਹੀਂ, ਕਿਉਂਕਿ ਕੰਮ ਹੀ ਮਤਲਬ ਕਿਸਾਨੀ ਦਾ, ਇਹ ਕਿਹੜਾ ਕੋਈ ਮਤਲਬ ਐਵੇਂ ਤਾਂ ਹੈ ਨਹੀਂ ਵੀ ਮਤਲਬ ਕੋਈ ਸੱਦੇ ਵਾਲੀ ਲੋੜ ਆ ਜਾਂ ਆਪਾਂ ਮਤਲਬ ਐਵੇਂ ਆ, ਵੀ ਕੰਮ ਕਿਸਾਨੀ ਦਾ। ਸਾਰੇ ਜਥੇਬੰਦੀਆਂ ਹੀ ਆਪੋ ਆਪਣੇ ਢੰਗ ਨਾਲ ਪੂਰੇ ਜ਼ੋਰ ਨਾਲ ਲੱਗੀਆਂ ਹੋਈਆਂ ਨੇ, ਉਹ ਜ਼ੋਰ ਦੇ ਹਿਸਾਬ ਨਾਲ ਮੈਨੂੰ ਐਂ ਲੱਗਦਾ ਵੀ ਇਹਨਾਂ ਦੀਆਂ ਜੜ੍ਹਾਂ ਹਲਿਆ ਦਿਆਂਗੇ ਕੱਲ੍ਹ ਨੂੰ। ਅੱਜ ਦੀ ਕੋਈ ਮੀਟਿੰਗ ਹੋਈ ਪ੍ਰਸ਼ਾਸਨ ਨਾਲ ਕਿਸੇ ਹੋਰ ਅਧਿਕਾਰੀ ਨਾਲ? ਨਹੀਂ, ਕੋਈ ਮੀਟਿੰਗ ਨਹੀਂ ਹੋਈ, ਨਾ ਮਤਲਬ ਕਿਸੇ ਨੇ ਕਿਹਾ, ਨਾ ਕੋਈ ਮੀਟਿੰਗ ਹੋਈ ਆ। ਦਸ ਵਜੇ ਤੋਂ ਮਤਲਬ ਕਿਹਾ ਵੀ 10 ਵਜੇ ਦਾ ਟਾਈਮ ਦਿੱਤਾ ਸਾਰੀ ਸੰਗਤ ਨੂੰ, ਦਾਣਾ ਮੰਡੀ 'ਚ ਇਕੱਠੇ ਹੋਵਾਂਗੇ, ਉੱਥੋਂ ਇਕੱਠੇ ਹੋ ਕੇ ਹੈ ਨਾ ਉਹ ਸਮਾਂ ਬਣ ਜੂਗਾ, ਜਿਵੇਂ ਸਾਰੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਦੀ ਮਤਲਬ ਵਿਉਂਤ ਹੋਊ, ਉਵੇਂ ਅਗਲਾ ਪ੍ਰੋਗਰਾਮ ਆ ਜਿਹੜਾ ਉਹ ਲੀਕਾਂਗੇ। ਮੇਰੀ ਜਥੇਬੰਦੀਆਂ ਤੋਂ ਬਿਨਾਂ ਸਾਰੀ ਜਿਹੜੀ ਕਿਸਾਨੀ ਆ, ਜਿਹੜੇ ਮਤਲਬ ਕੰਮ ਕਰਦੇ ਨੇ, ਚਾਹੇ ਉਹ ਜਥੇਬੰਦੀ 'ਚ ਨਹੀਂ ਜਾਂਦੇ, ਇਹ ਮਤਲਬ ਇੱਕ ਜਥੇਬੰਦੀ ਦਾ ਵੀ ਕੰਮ ਨਹੀਂ, ਇਹ ਸਾਰੇ ਖੇਤੀਕਾਰਾਂ ਦਾ। ਜਿਹੜੇ ਬੰਦੇ ਖੇਤੀ ਕਰਦੇ ਨੇ, ਕੱਲ੍ਹ ਨੂੰ ਇਹ ਕਣਕ ਜੀਰੀ 'ਤੇ ਡਾਕਾ ਮਾਰਨਗੇ, ਕਿਹੜੇ ਵੇਲੇ ਆਪਾਂ ਨੂੰ ਗੰਨਾ ਬੀਜਣਾ ਪੈ ਜੇ, ਜਿਵੇਂ ਮੰਨ ਲਓ ਪਿਛਲੇ ਸਾਲਾਂ 'ਚ ਜਦੋਂ ਅਸੀਂ ਗੰਨਾ ਬੀਜਣ ਲੱਗਿਆਂ, ਸਾਡੇ 5-4 ਪਿੰਡਾਂ 'ਚ ਕੁਦਰਤ ਨੇ ਕਹਿਰ ਡਾਹਿਆ, ਮੰਨ ਲਓ ਗੜੇ ਇੰਨੇ ਪੈ ਗਏ, ਕਣਕ ਬਰਬਾਦ ਹੋ ਗਈ ਦੀ, ਉਦੋਂ ਦੇ ਅਸੀਂ ਗੰਨਾ ਬੀਜਣ ਲੱਗੇ। ਜਿਹੜੀ ਗੰਨੇ ਦੀ ਫਸਲ ਆ, ਇਹ ਪੱਕੀ ਖੇਤੀ ਆ, ਜੇ ਇਹਦੇ ਉੱਤੇ ਅੱਜ ਸਰਕਾਰ ਦਾ ਡਾਕਾ ਕੱਲ੍ਹ ਨੂੰ ਕਣਕ ਜੀਰੀਆਂ 'ਤੇ ਵੱਜੂਗਾ, ਮੇਰੀ ਸਾਰੀ ਕਿਸਾਨੀ ਨੂੰ ਮੰਨ ਲਾ, ਜਿਹੜੇ ਬੰਦੇ ਮੰਨ ਲਾ ਕਿਸਾਨੀ ਨਾਲ ਜੁੜੇ ਨੇ, ਇਕੱਲੀ ਕਿਸਾਨੀ ਨੂੰ ਛੱਡ ਕੇ ਨਹੀਂ, ਸਾਰੇ ਮਜ਼ਦੂਰਾਂ ਨੂੰ ਵੀ, ਜਿਹੜੇ ਮੰਨ ਲਓ ਮੁਲਾਜ਼ਮ ਉੱਥੇ ਕੰਮ ਕਰਦੇ ਨੇ, ਅਤੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਵੀ, ਕਿਉਂਕਿ ਇਹਦਾ ਮਾਰਕੀਟ 'ਤੇ ਵੀ 40% ਅਸਰ ਹੋਣਾ। ਸੋ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਸਾਰੇ ਜਣੇ ਕੱਲ੍ਹ ਨੂੰ ਹੁੰਮਾ ਕੇ 10 ਵਜੇ ਆਓ, ਪਹੁੰਚੀਏ ਆਪਾਂ ਰੇਲਵੇ ਟਰੈਕ ਦਾ ਜਿਹੜਾ ਚੱਕਾ ਜਾਮ ਕਰੀਏ। ਕਿੰਨੇ ਦਿਨ ਵੀ ਹੋ ਸਕਦਾ ਹੈ ਚੱਕਾ ਜਾਮ? ਇਹ ਜਿੰਨਾ ਚਿਰ ਸਰਕਾਰ ਸਾਰੀਆਂ ਮੰਗਾਂ ਮੰਨ ਨਹੀਂ ਲੈਂਦੀ, ਕਿਸਾਨਾਂ ਦੀਆਂ ਭਰੀਆਂ ਟਰਾਲੀਆਂ ਖਾਲੀ ਨਹੀਂ ਕਰਦੀ, ਜਿਹੜਾ ਖੜਾ ਗੰਨਾ ਪੰਪਾਂ 'ਤੇ ਉਹਨਾਂ ਨੂੰ ਪਰਚੀਆਂ ਦੇ ਕੇ ਅੰਦਰ ਨਹੀਂ ਕਰਦੇ, ਉਹ ਮਤਲਬ ਜਿਹੜਾ ਫੈਸਲਾ ਤਾਂ ਹੋਟਲ ਆ ਉਹਦੀਆਂ ਤਿਆਰੀਆਂ ਫੁੱਲ ਨੇ, ਹੈ ਨਾ, ਤਿਆਰੀਆਂ ਮੁਕੰਮਲ ਨੇ ਤਕਰੀਬਨ ਸਾਰੀਆਂ ਹੀ, ਅਤੇ ਉਹਨਾਂ ਤਿਆਰੀਆਂ 'ਚ ਸਾਰਾ ਦਿਨ ਅੱਜ ਲੱਗੇ ਰਹੇ। ਜਿਹੜੀ ਹੈਗੀ ਜਥੇਬੰਦੀਆਂ ਵਾਲੀ ਗੱਲ, ਮੈਂ ਤੁਹਾਨੂੰ ਨਾਮ ਵੀ ਦੱਸ ਦਿੰਦਾ, ਊਂ ਤਾਂ ਮੈਨੂੰ ਤਾਂ ਲੱਗਦਾ ਵੀ ਕੋਈ ਜਥੇਬੰਦੀ ਰਹੀ ਨਹੀਂ ਜਿਹਨੇ ਫੋਨ ਨਹੀਂ ਕਰਿਆ। ਜਿਵੇਂ ਮੰਨ ਲਓ ਸਾਰਿਆਂ ਤੋਂ ਪਹਿਲਾਂ ਆਪਣੀ ਏਕਤਾ ਆਜ਼ਾਦ ਮਤਲਬ ਹੈਗੀ ਆ, ਉਦੋਂ ਬਾਅਦ ਉਗਰਾਹਾਂ ਹੈਗੀ ਆ, ਕ੍ਰਾਂਤੀਕਾਰੀ ਜਿਹੜੀ ਆਪਣੇ ਹੈਗੇ ਨੇ, ਆਪਣੇ ਜ਼ਿਲ੍ਹੇ ਦੇ ਪ੍ਰਧਾਨ ਨੇ ਸਰਦਾਰ ਜਰਨੈਲ ਸਿੰਘ ਜਹਾਂਗੀਰ ਜੀ, ਉਹ ਹੈਗੇ ਨੇ, ਅਤੇ ਕਾਦੀਆਂ ਹੈਗੀ, ਅਤੇ ਡਕਾਉਂਦਾ, ਹੈ ਨਾ। ਹੋਰ ਵੀ ਦੋ ਤਿੰਨ ਜਥੇਬੰਦੀਆਂ ਦੇ ਮੇਰੀ ਫੋਨ 'ਤੇ ਗੱਲ ਹੋਈ ਆ। ਤਕਰੀਬਨ ਮੈਨੂੰ ਤਾਂ ਲੱਗਦਾ ਵੀ ਇੱਕ ਵੀ ਜਥੇਬੰਦੀ ਰਹਿਣੀ ਨਹੀਂ, ਕਿਉਂਕਿ ਕੰਮ ਹੀ ਮੰਨ ਲਓ ਕਿਸਾਨੀ ਦਾ, ਇਹ ਕਿਹੜਾ ਕੋਈ ਮਤਲਬ ਐਵੇਂ ਤਾਂ ਹੈ ਨਹੀਂ ਵੀ ਮਤਲਬ ਕੋਈ ਸੱਦੇ ਵਾਲੀ ਲੋੜ ਆ ਜਾਂ ਆਪਾਂ ਮਤਲਬ ਐਵੇਂ ਆ, ਵੀ ਕੰਮ ਕਿਸਾਨੀ ਦਾ। ਸਾਰੇ ਜਥੇਬੰਦੀਆਂ ਹੀ ਆਪੋ ਆਪਣੇ ਢੰਗ ਨਾਲ ਪੂਰੇ ਜ਼ੋਰ ਨਾਲ ਲੱਗੀਆਂ ਹੋਈਆਂ ਨੇ, ਉਹ ਜ਼ੋਰ ਦੇ ਹਿਸਾਬ ਨਾਲ ਮੈਨੂੰ ਐਂ ਲੱਗਦਾ ਵੀ ਇਹਨਾਂ ਦੀਆਂ ਜੜ੍ਹਾਂ ਹਲਿਆ ਦਿਆਂਗੇ ਕੱਲ੍ਹ ਨੂੰ। ਅੱਜ ਦੀ ਕੋਈ ਮੀਟਿੰਗ ਹੋਈ ਪ੍ਰਸ਼ਾਸਨ ਨਾਲ ਕਿਸੇ ਹੋਰ ਅਧਿਕਾਰੀ ਨਾਲ? ਨਹੀਂ, ਕੋਈ ਮੀਟਿੰਗ ਨਹੀਂ ਹੋਈ, ਨਾ ਮਤਲਬ ਕਿਸੇ ਨੇ ਕਿਹਾ, ਨਾ ਕੋਈ ਮੀਟਿੰਗ ਹੋਈ ਆ। ਦਸ ਵਜੇ ਤੋਂ ਮਤਲਬ ਕਿਹਾ ਵੀ 10 ਵਜੇ ਦਾ ਟਾਈਮ ਦਿੱਤਾ ਸਾਰੀ ਸੰਗਤ ਨੂੰ, ਦਾਣਾ ਮੰਡੀ 'ਚ ਇਕੱਠੇ ਹੋਵਾਂਗੇ, ਉੱਥੋਂ ਇਕੱਠੇ ਹੋ ਕੇ ਹੈ ਨਾ ਉਹ ਸਮਾਂ ਬਣ ਜੂਗਾ, ਜਿਵੇਂ ਸਾਰੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਦੀ ਮਤਲਬ ਵਿਉਂਤ ਹੋਊ, ਉਵੇਂ ਅਗਲਾ ਪ੍ਰੋਗਰਾਮ ਆ ਜਿਹੜਾ ਉਹ ਲੀਕਾਂਗੇ। ਮੇਰੀ ਜਥੇਬੰਦੀਆਂ ਤੋਂ ਬਿਨਾਂ ਸਾਰੀ ਜਿਹੜੀ ਕਿਸਾਨੀ ਆ, ਜਿਹੜੇ ਮਤਲਬ ਕੰਮ ਕਰਦੇ ਨੇ, ਚਾਹੇ ਉਹ ਜਥੇਬੰਦੀ 'ਚ ਨਹੀਂ ਜਾਂਦੇ, ਇਹ ਮਤਲਬ ਇੱਕ ਜਥੇਬੰਦੀ ਦਾ ਵੀ ਕੰਮ ਨਹੀਂ, ਇਹ ਸਾਰੇ ਖੇਤੀਕਾਰਾਂ ਦਾ। ਜਿਹੜੇ ਬੰਦੇ ਖੇਤੀ ਕਰਦੇ ਨੇ,
ਕੱਲ ਨੂੰ ਇਹ ਕਣਕ ਜੀਰੀ ਤੇ ਡਾਕਾ ਮਾਰਨਗੇ, ਕਿਹੜੇ ਵੇਲੇ ਆਪਾਂ ਨੂੰ ਗੰਨਾ ਬੀਜਣਾ ਪੈ ਜੇ, ਜਿਵੇਂ ਮੰਨ ਲਓ ਪਿਛਲੇ ਸਾਲਾਂ 'ਚ ਜਦੋਂ ਅਸੀਂ ਗੰਨਾ ਬੀਜਣ ਲੱਗਿਆਂ ਸਾਡੇ 5-4 ਪਿੰਡਾਂ 'ਚ ਕੁਦਰਤ ਨੇ ਕਹਿਰ ਡਾਹਿਆ, ਮੰਨ ਲਓ ਗੜੇ ਇੰਨੇ ਪੈ ਗਏ, ਕਣਕ ਬਰਬਾਦ ਹੋ ਗਈ ਦੀ, ਉਦੋਂ ਦੇ ਅਸੀਂ ਗੰਨਾ ਬੀਜਣ ਲੱਗੇ। ਜਿਹੜੀ ਗੰਨੇ ਦੀ ਫਸਲ ਆ ਇਹ ਪੱਕੀ ਖੇਤੀ ਆ, ਜੇ ਇਹਦੇ ਉੱਤੇ ਅੱਜ ਸਰਕਾਰ ਦਾ ਡਾਕਾ ਕੱਲ੍ਹ ਨੂੰ ਕਣਕ ਜੀਰੀਆਂ 'ਤੇ ਵੱਜੂਗਾ, ਮੇਰੀ ਸਾਰੀ ਕਿਸਾਨੀ ਨੂੰ ਮੰਨ ਲਾ, ਜਿਹੜੇ ਬੰਦੇ ਮੰਨ ਲਾ ਕਿਸਾਨੀ ਨਾਲ ਜੁੜੇ ਨੇ, ਇਕੱਲੀ ਕਿਸਾਨੀ ਨੂੰ ਛੱਡ ਕੇ ਨਹੀਂ, ਸਾਰੇ ਮਜ਼ਦੂਰਾਂ ਨੂੰ ਵੀ ਜਿਹੜੇ ਮੰਨ ਲਓ ਮੁਲਾਜ਼ਮ ਉੱਥੇ ਕੰਮ ਕਰਦੇ ਨੇ, ਅਤੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਵੀ, ਕਿਉਂਕਿ ਇਹਦਾ ਮਾਰਕੀਟ 'ਤੇ ਵੀ 40% ਅਸਰ ਹੋਣਾ। ਸੋ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਸਾਰੇ ਜਣੇ ਕੱਲ੍ਹ ਨੂੰ ਹੁੰਮਾ ਕੇ 10 ਵਜੇ ਆਓ, ਪਹੁੰਚੀਏ ਆਪਾਂ ਰੇਲਵੇ ਟਰੈਕ ਦਾ ਜਿਹੜਾ ਚੱਕਾ ਜਾਮ ਕਰੀਏ। ਕਿੰਨੇ ਦਿਨ ਲਈ ਹੋ ਸਕਦਾ ਹੈ ਚੱਕਾ ਜਾਮ? ਇਹ ਜਿੰਨਾ ਚਿਰ ਸਰਕਾਰ ਸਾਰੀਆਂ ਮੰਗਾਂ ਮੰਨ ਨਹੀਂ ਲੈਂਦੀ, ਕਿਸਾਨਾਂ ਦੀਆਂ ਭਰੀਆਂ ਟਰਾਲੀਆਂ ਖਾਲੀ ਨਹੀਂ ਕਰਦੀ, ਜਿਹੜਾ ਖੜ੍ਹਾ ਗੰਨਾ ਪੰਪਾਂ 'ਤੇ ਉਹਨਾਂ ਨੂੰ ਪਰਚੀਆਂ ਦੇ ਕੇ ਅੰਦਰ ਨਹੀਂ ਕਰਦੇ।